ਗੁਰਨਾਮ ਤੇਰੇ ਵਾਂਗੂ ਅਸੀਂ ਭੌਂਕਦੇ ਹਾਂ, ਉਹ ਭੁੱਲਰਾ ਉਹ ਤੇਰੇ ਨਾਂ ਦੇ ਕੁੱਤੇ ਰੱਖਿਆ। ਸਤਿ ਸ਼੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਵੀਡੀਓ ਲੈ ਕੇ ਆਏ ਹਾਂ, ਸ਼ਹਿਰ ਸੌਂਗ ਬਾਈ ਦਾ ਆਇਆ ਹੈ ਅਤੇ ਬਾਈ ਦਾ ਨਾਮ ਹੈ ਦੇਵ ਮਹਾਰਾਜਾ, ਬਾਈ ਦਾ ਨਾਂ ਹੈ ਅਤੇ ਸੌਂਗ ਦਾ ਨਾਮ ਹੈ ਸ਼ਹਿਰ। ਆਓ ਚੈੱਕ ਕਰਨਾ ਕਰਦੇ ਹਾਂ ਕਿਵੇਂ ਦਾ ਸੌਂਗ ਹੋਣਾ ਕਰਦਾ ਹੈ, ਅਤੇ ਨਾਲ ਦੀ ਨਾਲ ਸੌਂਗ ਨੂੰ ਦੇਖਣਾ ਕਰਾਂਗੇ, ਨਾਲ ਦੀ ਨਾਲ ਸੌਂਗ 'ਤੇ ਰਿਐਕਸ਼ਨ ਕਰਦੇ ਹਾਂ। ਆਓ ਦੇਖਣਾ ਕਰੀਏ। ਉਹ ਗੂੰਜੇ ਪਿੱਤਲਾਂ ਦੀ ਵਾਜ ਜਿਵੇਂ ਸਾਜ ਚੱਲਦੇ, ਉਹ ਇੱਥੇ ਮਾਫੀਆ ਦੇ ਬੱਲੇ ਆ ਰਿਵਾਜ ਚੱਲਦੇ। ਵਾਹ, ਮਿਊਜ਼ਿਕ ਬਹੁਤ ਪਿਆਰਾ ਰਿਹਾ ਯਾਰ। ਉਹ ਗੂੰਜੇ ਪਿੱਤਲਾਂ ਦੀ ਵਾਜ ਜਿਵੇਂ ਸਾਜ ਚੱਲਦੇ, ਉਹ ਇੱਥੇ ਮਾਫੀਆ ਦੇ ਬੱਲੇ ਆ ਰਿਵਾਜ ਚੱਲਦੇ। ਜਿਹੜਾ ਹਿੱਕੀ ਵਿੱਚ ਯੋਰ ਲੈ ਸ਼ਿਕਾਰ ਕਰਦਾ, ਉਹ ਇਹਨਾਂ ਸ਼ੇਰਾਂ ਦੇ ਹੀ ਜੰਗਲਾਂ 'ਚ ਰਾਜ ਚੱਲਦੇ। ਉਹ ਨਹੀਂ ਉਹ ਮੰਨਦੇ ਕਾਨੂੰਨ, ਤੱਤਾ ਲਹੂ ਤੇ ਜਨੂਨ ਆ ਕੇ ਘੇਰਾ ਇਹਨਾਂ ਨਾਲ ਵੇਲਾ ਪਾਵੇ ਵੈਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਚਾਪਲੂਸੀ ਵਾਲਿਆਂ ਨਾ ਗੈਪ ਰੱਖਦੇ, ਕਿੱਥੇ ਘੁੰਮਣਾ ਯਾਰਾਂ ਨਾ ਰੈਡੀ ਮੈਪ ਰੱਖਦੇ। ਉਹ ਨਸ਼ੇ ਵਾਲਾ ਮੁੰਡਾ ਮੈਨੂੰ ਉਂਝੇ ਲੋਕੀ ਕਹਿੰਦੇ ਆ, ਥੋੜਾ ਬਹੁਤਾ ਸ਼ੱਕਾਂ ਬਹੁਤਾ ਵੀ ਨੀ ਸ਼ੱਕਦੇ। ਉਹ ਸ਼ਾਮੇ ਮੇਲੇ ਦਾ ਸਕੂਨ ਜਦੋਂ ਬਹਿ ਕੇ ਸ਼ਾਮੇ ਮੂਨ, ਜਦੋਂ ਜਸ਼ਨ ਮਨਾਉਂਦੇ ਮੇਲਾ ਲੱਗੇ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਕੰਮ ਸਾਰੇ ਸੱਟ ਕਾਰੋਬਾਰੀ ਹਟ ਕੇ, ਮੌਜਾਂ ਨੀ ਮਨਾਉਂਦੇ ਕੁੜੀਆਂ ਨੂੰ ਪੱਟ ਕੇ। ਆਸ਼ਕੀ ਚ ਮੈਡਲ ਨਾ ਬਹੁਤ ਖੱਟਿਆ, ਨਾਮ ਦੌੜੇ ਦਿਲਾਂ ਚੋਂ ਪਿਆਰ ਖੱਟ ਕੇ। ਉਹ ਹਵਾ ਚ ਨ ਗੱਲ ਨੀ, ਉਹ ਫੂਕ ਦੇ ਬਲੂਨ ਸਭ ਸਾਹਮਣੇ ਕਰਾਂਗੇ, ਬਸ ਥੋੜਾ ਠਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ, ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ। ਕੱਲੇ ਗਾਣਿਆਂ ਦੇ ਵਿੱਚ ਬੰਦੇ ਠੋਕਦੇ ਨਹੀਂ, ਗੁਰਨਾਮ ਤੇਰੇ ਵਾਂਗੂ ਅਸੀਂ ਭੌਂਕਦੇ ਨਹੀਂ। ਉਹ ਭੁੱਲਰਾ ਉਹ ਤੇਰੇ ਨਾਂ ਦੇ ਕੁੱਤੇ ਰੱਖਿਆ, ਪੁਸ਼ ਮਾਰਦੇ ਆ ਰਾਹ ਸਾਡਾ ਰੋਕਦੇ ਨਹੀਂ। ਬਾਈ ਨੇ ਨਾਲ ਅੱਗੇ ਪਿੱਛੇ ਹੇਟਰ ਜੋ ਘੁੰਮਦੇ ਰਕੂਣ,
ਮੰਗਦੇ ਆਪਣੀ ਖੁਦਾ ਤੋਂ ਖੈਰ ਨੀ ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ ਬਿਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ ਬਿਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ ਉਹ ਜਿੱਥੇ ਆ ਕੇ ਕਿਸੇ ਦੇ ਨਾ ਰੋਬ ਚੱਲਦੇ ਬਿਲੋ ਮਿੱਤਰਾਂ ਦਾ ਉਹੀ ਸ਼ਹਿਰ ਨੀ ਜਿੱਥੇ ਆ ਕੇ ਕਿਸੇ ਦੇ ਨਾਲ ਰੂਬ ਚੱਲਦੇ ਬਿੱਲੋ ਮਿੱਤਰਾਂ ਦਾ ਉਹੀ ਸ਼ਹਿਰ ਨਹੀਂ ਇਹ ਬਾਈ ਦੇ ਸੌਂਗ ਦੇ ਵਿੱਚ ਲਿਰਿਕਸ ਨੇ ਕਿ ਜਿੱਥੇ ਕਿਸੇ ਦੇ ਰੂਬ ਨਹੀਂ ਚੱਲਦੇ ਮਤਲਬ ਕਿ ਹਰ ਕਿਸੇ ਦਾ ਕਿਸੇ ਥਾਂ 'ਤੇ ਰੂਬ ਨਹੀਂ ਚੱਲਦਾ ਹੁੰਦਾ ਇਸਲਈ ਹੁੰਦਾ ਹੈ ਕਿ ਕਈ ਰੂਬ ਮਾਰਨ ਵਾਲੇ ਬੜੇ ਹੁੰਦੇ ਨੇ ਪਰ ਕਈ ਰੂਬ ਸਹਿਣ ਵਾਲੇ ਨਹੀਂ ਹੁੰਦੇ ਕਈ ਹੁੰਦੇ ਨੇ ਆਪਣੇ ਆਪ 'ਚ ਰੂਬ ਪਾਉਣ ਵਾਲੇ ਹੁੰਦੇ ਨੇ ਪਰ ਯਾਦ ਰੱਖਿਓ ਹਰ ਕਿਸੇ ਦੇ ਅੱਗੇ ਰੂਬ ਨਹੀਂ ਚੱਲਦਾ ਹੁੰਦਾ ਰੂਬ ਤਾਂ ਨਹੀਂ ਚੱਲਦਾ ਹੁੰਦਾ ਕਿਉਂਕਿ ਕੁਝ ਅਣਕਾਮ ਵਾਲੇ ਹੁੰਦੇ ਨੇ ਜ਼ਰੂਰੀ ਨਹੀਂ ਕਿ ਉਹਨਾਂ ਕੋਲ ਪੈਸਾ ਨਾ ਹੋਵੇ ਪੈਸਾ ਘੱਟ ਹੋਵੇ ਜਾਂ ਕੁਛ ਹੋਵੇ ਇੱਕ ਗੱਲ ਯਾਦ ਰੱਖਿਓ ਪੈਸਾ ਦੇ ਨਾਲ ਅਣਖਾਂ ਖਰੀਦੀਆਂ ਨਹੀਂ ਜਾਂਦੀਆਂ ਹੁੰਦੀਆਂ ਇਸ ਕਰਕੇ ਬਾਈ ਨੇ ਗੱਲ ਕੀਤੀ ਕਿ ਜੇ ਆ ਕੇ ਕਿਸੇ ਦੇ ਨਾਲ ਰੂਬ ਚੱਲਦੇ ਕਿਸੇ ਦਾ ਰੂਬ ਨਹੀਂ ਚੱਲਦਾ ਮਿੱਤਰਾਂ ਦਾ ਉਹ ਸ਼ਹਿਰ ਆ ਸ਼ਹਿਰ ਦਾ ਮਤਲਬ ਕਹਿਣ ਦਾ ਮਤਲਬ ਬਾਈ ਦਾ ਭਾਵ ਇਹ ਵੀ ਆ ਕਿ ਜਿੱਥੋਂ ਦੇ ਰਹਿਣ ਵਾਲੇ ਅਸੀਂ ਹੈ ਨਾ ਭਾਵੇਂ ਆਪਣੀ ਗੱਲ ਕਰ ਲਈਏ ਕਿ ਸਾਡੇ ਅੱਗੇ ਕਿਸੇ ਦਾ ਰੂਬ ਨਹੀਂ ਚੱਲਦਾ ਰੂਬ ਚੱਲਦਾ ਕਿਉਂ ਨਹੀਂ ਕਿਉਂਕਿ ਅਸੀਂ ਕਿਸੇ ਕੋਲ ਲੈ ਕੇ ਨਹੀਂ ਖਾਂਦੇ ਅਸੀਂ ਕਿਸੇ ਦੀ ਚਾਪਲੂਸੀ ਨਹੀਂ ਕਰਦੇ ਕਿਉਂਕਿ ਕਈ ਹੁੰਦੇ ਨੇ ਚਾਪਲੂਸੀਆਂ ਕਰਕੇ ਜਿਹੜੇ ਅੱਗੇ ਵਧੇ ਹੁੰਦੇ ਨੇ ਅੱਗੇ ਪਾਲ ਪੋਸਦੇ ਨੇ ਪਰ ਕਈ ਚਾਪਲੂਸੀਆਂ ਤੋਂ ਬਿਨਾਂ ਆਪਣੇ ਆਪ ਨੂੰ ਅਣਖ ਭਰਦੇ ਨੇ ਆਪਣੇ ਅੰਦਰ ਸਟਰੋਂਗਲੀ ਕਰਦੇ ਨੇ ਇੱਕ ਹੁੰਦੀ ਚਾਪਲੂਸੀ ਕਰਕੇ ਕਿਸੇ ਕੋਲ ਸ਼ੌਹਰਤ ਕਮਾਈ ਇੱਕ ਹੁੰਦੀ ਚਾਪਲੂਸੀ ਲੇਲਣੀਆਂ ਕਰਕੇ ਕਿਸੇ ਕੋਲ ਕੁਝ ਬਣਾਇਆ ਇੱਕ ਹੁੰਦਾ ਆਪਣੇ ਦਮ 'ਤੇ ਕੁਝ ਪੈਦਾ ਕੀਤਾ ਆਪਣੇ ਦਮ 'ਤੇ ਕੁਝ ਬਣ ਕੇ ਦਿਖਾਉਣਾ ਇਸ ਕਰਕੇ ਚਾਪਲੂਸੀਆਂ ਦੇ ਵਿੱਚੋਂ ਨਿਕਲ ਕੇ ਇੱਕ ਸਟਰੋਂਗਲੀ ਆਪਣੇ ਆਪ ਦੇ ਅੰਦਰ ਅਣਖ ਪੈਦਾ ਕਰਿਓ ਮਿੱਠਾ ਬੋਲਣ ਵਾਲਾ ਜ਼ਰੂਰੀ ਨਹੀਂ ਕਿ ਉਹ ਮਿੱਠਾ ਬੋਲ ਤਾਂ ਰਿਹਾ ਹੈ ਕਿ ਤੁਹਾਡੇ ਨਾਲ ਕੋਈ ਕਹਿ ਲਈਏ ਕਿ ਤੁਹਾਡੇ ਨਾਲ ਪਿਆਰ ਬੜਾ ਕਰਦਾ ਜਾਂ ਕੁਝ ਕਰਦਾ ਕੋਈ ਮਿੱਠੇ ਤਾਂ ਮੂੰਹ ਦੇ ਹੁੰਦੇ ਨੇ ਕਿਉਂਕਿ ਉਹ ਚਾਪਲੂਸੀਆਂ ਕਰਦੇ ਹੁੰਦੇ ਨੇ ਕੁਝ ਲੈਣਾ ਚਾਹੁੰਦੇ ਹੁੰਦੇ ਨੇ ਸੋ ਮਿੱਠੇ ਮੂੰਹ ਦੇ ਵੀ ਬਣੋ ਪਰ ਅੰਦਰੋਂ ਵੀ ਮਿੱਠੇ ਹੋਇਓ ਇਕੱਲੀ ਚਾਪਲੂਸੀ ਕਰਕੇ ਨਾ ਹੋਇਓ ਕਿਉਂਕਿ ਕਈਆਂ ਦੇ ਚਾਪਲੂਸੀਆਂ ਕਰਕੇ ਅਤੇ ਕੁਝ ਲੈ ਕੇ ਅਤੇ ਫਿਰ ਆਪਣੀ ਔਕਾਤ ਇਹ ਚੀਜ਼ਾਂ ਦਿਖਾ ਵੀ ਦਿੰਦੇ ਨੇ ਕਿ ਬਾਈ ਸਿੱਧੀ ਅੱਗੇ ਬਾਈ ਨੇ ਸਿੱਧੀ ਗੁਰਨਾਮ ਭੁੱਲਰ 'ਤੇ ਗੱਲ ਲਾਤੀ ਹੈ ਕਿ ਬਾਈ ਤੂੰ ਗਾਣਿਆਂ ਦੇ ਵਿੱਚ ਗੱਲਾਂ ਕਰਦਾ ਹੈ ਮਾਰਨ ਦੀਆਂ ਪਰ ਅਸੀਂ ਤੇਰੇ ਵਾਂਗੂ ਕਹਿ ਲਈਏ ਕਿ ਇਸ ਤਰ੍ਹਾਂ ਭੌਂਕਦੇ ਨਹੀਂ ਹੁੰਦੇ ਤੇਰੇ ਵਾਂਗੂ ਇਸ ਤਰ੍ਹਾਂ ਗੱਲਾਂ ਬਾਤਾਂ ਨਹੀਂ ਕਰਦੇ ਕਿਉਂਕਿ ਇਸ ਕਰਕੇ ਗੱਲ ਯਾਦ ਰੱਖਿਓ ਕਿ ਗਾਣਿਆਂ ਦੇ ਵਿੱਚ ਗੱਲ ਕਰਨੀ ਜਾਂ ਰਿਐਲਿਟੀ ਦੇ ਵਿੱਚ ਗੱਲ ਕਰਨੀ ਬਹੁਤ ਅੰਤਰ ਹੁੰਦਾ ਹੈ ਦੂਜੀ ਗੱਲ ਇਹ ਵੀ ਮੈਂ ਕਹਿ ਦੇਵਾਂ ਕਿ ਬਾਈ ਭਾਵੇਂ ਜਿੰਨਾ ਵੀ ਮਰਜ਼ੀ ਤੁਹਾਡਾ ਮੁਕਾਮ ਉੱਚਾ ਪੱਧਰ 'ਤੇ ਚਲ ਜਾਵੇ ਜਿੰਨੇ ਮਰਜ਼ੀ ਤੁਸੀਂ ਉੱਚੇ ਲੈਵਲ 'ਤੇ ਚਲ ਜਾਵੋ ਕਦੀ ਵੀ ਆਪਣੀ ਸ਼ੌਹਰਤ ਦਾ ਆਪਣੇ ਗੁਣਾਂ ਦਾ ਹੰਕਾਰ ਨਾ ਕਦੀ ਕਿਸੇ ਗੱਲ ਦਾ ਕਰਿਓ ਕਿਉਂਕਿ ਜੇ ਫਰਸ਼ਾਂ ਤੋਂ ਅਰਸ਼ਾਂ 'ਤੇ ਪਹੁੰਚਾ ਸਕਦਾ ਹੈ ਤਾਂ ਅਰਸ਼ਾਂ ਤੋਂ ਫਰਸ਼ਾਂ 'ਤੇ ਵੀ ਪਹੁੰਚਾ ਸਕਦਾ ਹੈ ਸੋ ਇਸ ਕਰਕੇ ਕਦੀ ਆਪਣੇ ਗੁਣ ਦਾ ਕਦੀ ਇਸ ਚੀਜ਼ ਦਾ ਹੰਕਾਰ ਨਾ ਕਰਿਓ ਅਤੇ ਬਾਈ ਨੇ ਜੇ ਕੋਈ ਗੱਲ ਗੁਰਨਾਮ ਭੁੱਲਣ ਨੂੰ ਗੱਲ ਲਾ ਕੇ ਸਿੱਧੀ ਕਹੀ ਹੈ ਤਾਂ ਕੋਈ ਨਾ ਕੋਈ ਤਾਂ ਗੱਲ ਬਾਈ ਦੇ ਮੈਟਰ ਜ਼ਰੂਰ ਹੋਵੇਗਾ ਜਿਹੜਾ ਕਹਿ ਲਈਏ ਬਾਈ ਨੇ ਸਿੱਧੀ ਗੁਰਨਾਮ ਭੁੱਲਰ ਨਾਲ ਜੋੜ ਕੇ ਪੂਰੀ ਗੱਲ ਉਹਨੂੰ ਲਾ ਕੇ ਕਰਨੀ ਕਹਿ ਦਿੱਤੀ ਹੈ ਕੀ ਮੈਟਰ ਹੋ ਸਕਦਾ ਹੈ ਗੁਰਨਾਮ ਭੁੱਲਰ ਨਾਲ ਇਹ ਤਾਂ ਬਾਈ ਜਾਣਦਾ ਹੈ ਬਾਕੀ ਬਾਈ ਦਾ ਸੌਂਗ ਬਹੁਤ ਪਿਆਰਾ ਲੱਗਾ ਬਾਈ ਨੇ ਬਹੁਤ ਸੋਹਣੇ ਮਿਊਜ਼ਿਕ ਦੇ ਨਾਲ ਬਹੁਤ ਸੋਹਣੇ ਲਿਰਿਕਸ ਦੇ ਨਾਲ ਬਾਈ ਨੇ ਸੌਂਗ ਲਿਖਿਆ ਬਾਕੀ ਉਸ ਸ਼ਹਿਰ ਦੇ ਵਿੱਚ ਉਹ ਪੈਦਾ ਹੋ ਕਿਉਂਕਿ ਇੱਕ ਆਪਣੇ ਸ਼ਹਿਰ ਦੀ ਅਤੇ ਆਪਣੀ ਇੱਕ ਪਹਿਚਾਣ ਬਣਦੀ ਹੈ ਜਦੋਂ ਕੋਈ ਵੀ ਕਿਸੇ ਖਿੱਤੇ ਦਾ ਹੁੰਦਾ ਹੈ ਨਾ ਅਤੇ ਅਗਲਾ ਉਹਨੂੰ ਆਪਣੇ ਆਪ 'ਚ ਫਕਰ ਹੋਣ ਲੱਗ ਜਾਂਦੇ ਕਿ ਮੈਂ ਆਹ ਮਾਝੇ ਦੇ ਵਿੱਚ ਸਿੱਧੂ ਮੂਸੇਵਾਲਾ ਮਾਲਵੇ ਦੀ ਗੱਲ ਕਰਦਾ ਹੈ ਜਾਂ ਕੋਈ ਸਿੰਗਰ ਮਾਝੇ ਦੀ ਗੱਲ ਕਰਦੇ ਨੇ ਅਤੇ ਜਦੋਂ ਉੱਥੋਂ ਦੇ ਖਿੱਤੇ ਦਾ ਕੋਈ ਉੱਠਦਾ ਹੈ ਤਾਂ ਉਹਨੂੰ ਐਂ ਲੱਗਦਾ ਹੈ ਕਿ ਉਹਨੂੰ ਫਕਰ ਜਿਹਾ ਮਹਿਸੂਸ ਹੁੰਦਾ ਹੈ ਸੋ ਇਸ ਕਰਕੇ ਆਪਣੇ ਖਿੱਤੇ ਦੇ ਵਿੱਚੋਂ ਉੱਠ ਕੇ ਕੁਝ ਇਹੋ ਜਿਹਾ ਕਰਕੇ ਦਿਖਾਇਓ ਅਤੇ ਜਿਹਦੇ ਨਾਲ ਉਹ ਤੁਹਾਡੇ ਖਿੱਤੇ ਦਾ ਨਾਮ ਵੀ ਰੌਸ਼ਨ ਹੋਵੇ ਅਤੇ ਤੁਹਾਡਾ ਵੀ ਨਾਮ ਰੌਸ਼ਨ ਹੋਵੇ ਕਿ ਆਹ ਬਾਈ ਇੱਥੋਂ ਦੀ ਜੇ ਇਹ ਗੱਲ ਹੈ ਤਾਂ ਆਹ ਪੱਕੀ ਹੈ ਬਾਈ ਦਾ ਨਵਾਂ ਗਾਣਾ ਆਇਆ ਜ਼ਰੂਰ ਸਾਰੇ ਰੱਜ ਕੇ ਸਪੋਰਟ ਕਰੋ
ਅਤੇ ਰੱਜ ਕੇ ਕਹਿ ਲਈਏ ਕਿ ਰੀਲਾਂ ਵੀ ਬਣਾਓ, ਅਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦੇ ਸੌਂਗ ਦਾ ਲਿੰਕ ਦੇ ਦੇਵਾਂਗਾ, ਜ਼ਰੂਰ ਸਾਰੇ ਚੈੱਕ ਕਰਿਓ। ਦੱਸਣਾ ਕਿਵੇਂ ਦਾ ਸੌਂਗ ਲੱਗਾ ਦਿੱਤਾ ਹੋਇਆ, ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ, ਬਾਏ ਬਾਏ।